ਹੁਣ ਜਨਾਬ ਦੇ ਸਾਹਮਣੇ ਜ਼ਾਕਿਰ ਅਲ ਬੈਤ ਕਾਮਰਾਨ ਹੈਦਰ ਕੱਲੂ ਸਾਹਿਬ ਪੜ੍ਹਦੇ ਪੈਣ, ਇਹਨਾਂ ਤੋਂ ਬਾਅਦ ਜ਼ਵਾਰ ਅਖਤਰ ਅਬਾਸ ਸਿਆਲ ਪੜ੍ਹ ਸਨ, ਉਹਨਾਂ ਤੋਂ ਬਾਅਦ ਕਿਬਲਾ ਮੌਲਾਨਾ ਮਜ਼ਹਰ ਅਬਾਸ ਕੱਲੂ ਸਾਹਿਬ ਪੜ੍ਹ ਸਨ, ਉਹਨਾਂ ਤੋਂ ਬਾਅਦ ਸੈਯਦ ਮੁਰਤਜ਼ਾ ਆਸ਼ਿਕ ਸ਼ਾਹ ਪੜ੍ਹ ਸਨ। ਸਲਵਾਤ ਬਰ ਮੁਹੰਮਦ ਵਾਲੇ ਮਾਸ਼ਾਅੱਲਾ ਕਾਫੀ ਜਮਾ ਹੋ, ਬਾਬਾ ਜ਼ੇ ਬੁਲੰਦ ਸਲਵਾਤ ਪੜ੍ਹੋ ਪਾਕ ਖਾਨਦਾਨ। ਨਾਰੇ ਤਕਬੀਰ, ਨਾਰੇ ਰਿਸਾਲਤ, ਨਾਰੇ ਹੈਦਰੀ, ਹੁਸੈਨੀਅਤ, ਯਜ਼ੀਦੀਅਤ, ਮੁਹੰਮਦ ਵਾਲੇ ਮੁਹੰਮਦ ਦੇ ਦੁਸ਼ਮਨ ਤੇ ਲਾਨ ਬਾਰੇ ਦੀਗਰ ਬਾਬਾ ਜ਼ੇ ਬੁਲੰਦ ਸਲਵਾਤ ਪੜ੍ਹਨਾ। ਵਾਲੇ ਕਹਿਣਾ ਤੁਹਾਡਾ ਟੋਰਾ ਜਾਂ ਹਮਸੁਰ ਮਕਬੂਲ ਰਹਿਣਾ ਬਾਨੀਆਂ ਨੇ ਸਫ਼ੇ ਅਦਾ ਦੀ ਹੈ ਸਈਏ ਜਮੀਲਾ ਹੁਸੈਨ ਬਾਦਸ਼ਾਹ ਦਾ ਪਾਕ ਖਾਲਿਕ ਆਪਣੇ ਪਾਕ ਦਰਬਾਰ ਵਿੱਚ ਮਨਸੂਰ ਮਕਬੂਲ ਰਹਿਣਾ। ਜਿਹੜੇ ਇਸ ਨੀਅਤ 'ਤੇ ਅੱਜ ਸਫ਼ੇ ਅਦਾ 'ਤੇ ਟੁਰ ਆਏ ਹੋ, ਹੁਸੈਨ ਦੇ ਡੁੱਖੇ ਪਾਸੇ ਵਾਲੀ ਮਾਂ ਕੋ ਉਹਦੇ ਬੱਚਿਆਂ ਦੇ ਕੀਤੇ ਪਰਚਣਾਓ ਖਾਲਿਕ ਕਹਿਣਾ ਦਿਲ ਦੇ ਵਿੱਚ ਇਹ ਹਸਰਤ ਖੇਲ ਕੇ ਟੂਰਨਾਮੈਂਟ ਵਾਲੇ ਨਾ ਕਹੇ ਮੋਮਿਨ ਕੋ ਖਾਲੇ ਵਾਲਾ ਵੇ ਲੱਖ ਵਾਰੀ ਅੱਖਾਂ ਜਿਹੜੇ ਹਸਰਤ ਦਿਲ ਦੇ ਵਿੱਚ ਖੇਲ ਕੇ ਸਫ਼ੇ ਅਦਾ 'ਤੇ ਟੁਰ ਆਏ ਹੋ, ਜੋ ਹੁਸੈਨ ਦੇ ਡੁੱਖੇ ਪਾਸੇ ਵਾਲੀ ਮਾਂ ਕੋ ਉਹਦੇ ਅੱਲਾ ਰਾਸੀ ਬੱਚੜਿਆਂ ਦੇ ਕੀਤੇ ਬੰਨ ਕੇ ਪਰਚਾਓ ਖਾਲੇ ਕੇ ਕੈਨਾਤ ਇਹ ਹਸਰਤ ਦਿਲ ਦੇ ਵਿੱਚ ਖੇਲਣਾਮੈਂਟ ਵਾਲੇ ਨਾ ਕਹੇ ਮੋਮਿਨ ਕੋ ਖਾਲੀ ਟੋਰੇ ਨਾ ਕਹੇ ਮੋਮਨਾ ਕੋ ਖਾਲੀ ਟੋਰੇ ਵੱਲ ਆਖਿਰ ਦੁਆਏ ਖਾਲੇ ਕੇ ਕਹਿਨਾਤ ਦੀ ਜ਼ਿਕਰ ਦਾ ਸਦਕਾ ਮੁੰਤਕਿਮੇ ਹਕੀਕੀ ਦੇ ਜ਼ਹੂਰ ਤਾਜੀਲ ਫਰਮਾਵੇਂ। ਆਪਣੀਆਂ ਤਮਾਮ ਤਰ ਦੁਆਵਾਂ ਦੀ ਕਬੂਲੀਅਤ ਦੀ ਖਾਤਰ ਬਾਬਾ ਜ਼ੇ ਬੁਲੰਦ ਸਲਵਾਤ ਪੜ੍ਹਨਾ। ਇੰਤਹਾਈ ਮੁਖਤਸਰ ਜੀ ਨੌਕਰੀ ਬਤੌਰ ਬਾਨੀ ਮਜਲਿਸ ਖਾਲਿਕ ਦੀ ਕਰੀਮੀ ਅਤੇ ਅਤਾ ਯਾਦ ਕਰੇ ਸੈਂ ਕਿਬਲਾ ਆਪਣੀ ਸੋਹਣੀ ਜੀ ਜ਼ੁਬਾਨ ਦੇ ਵਿੱਚ ਕਹਿ ਆਖੈ ਕਹਿ ਕੋ ਆਖੈ ਕਦਾਂ ਆਖੈ ਯਾਰਾਂ ਸ਼ਾਬਾਨ ਉਲ ਮੁਅੱਜ਼ਮ ਤਤਹੀਰ ਦੇ ਨੂਰੀ ਗੁਲਸ਼ਨ ਦੇ ਵਿੱਚ ਹਮ ਸ਼ਕਲ ਪੈਗੰਬਰ ਦੀ ਪਾਕ ਆਮਦ ਸਿੱਖ ਦਾ ਵਧਾ ਇਹਨਾਂ ਨੇ ਕੀਤੇ ਅਕਬਰ ਦਾ ਬਾਬਾ ਬਹੁ ਮੂੰਛਾ ਇਹਨਾਂ ਨੇ ਕੀਤੇ ਅਕਬਰ ਦਾ ਬਾਬਾ ਜਿੰਨਾ ਖਾਲਿਕ ਕੈਨਾਤ ਨੇ ਜਿੰਨਾ ਖਾਲਿਕ ਅਕਬਰ ਨੇ ਹੁਸੈਨ ਬਾਦਸ਼ਾਹ ਨੂੰ ਅਲੀ ਅਕਬਰ ਅਤਾ ਕੀਤੇ ਨਾ ਵੱਧ ਫਰਮਾਇਆ ਕਿਆ ਹੈ ਸ਼ਾਹ ਜੀ ਖਾਲਿਕ ਪੈ ਫਰਮਾਇਆ ਖਾਲਿਕ ਦੀ ਕਰੀਮੀ ਅਤੇ ਅਤਾ ਯਾਦ ਕਰੇ ਸੇ ਮਕਬੂਲ ਜ਼ਵਾਰ ਆਪਣੀ ਦੁਆ ਯਾਦ ਕਰੇ ਸੇ ਮਕਬੂਲ ਜ਼ਵਾਰ ਆਪਣੀ ਦੁਆ ਯਾਦ ਕਰੇ ਸੇ ਵੱਲ ਵੱਲ ਦਾ ਮੁਹੰਮਦ ਮੈਂ ਪਿਆ ਦੇਂਦਾ ਹਾਂ ਤੇ ਕੋ ਸ਼ਬੀਰ ਵਦਾ ਖੇਡ ਤੂੰ ਕਿਆ ਯਾਦ ਕਰੇ ਸੇ ਖਾਲਿਕ ਦੀ ਕਰੀਮੀ ਅਤੇ ਅਤਾ ਯਾਦ ਕਰੇ ਸੇ ਖਾਲਿਕ ਦੀ ਕਰੀਮੀ ਅਤੇ ਅਤਾ ਕਿਬਲਾ ਖਾਲਿਕ ਦੀ ਕਰੀਮੀ ਅਤੇ ਅਤਾ ਯਾਦ ਕਰੇ ਸੇ ਮਕਬੂਲ ਜ਼ਵਾਰ ਆਪਣੀ ਦੁਆ ਯਾਦ ਕਰੇ ਸੇ ਵੱਲ ਵੱਲ ਦਾ ਮੁਹੰਮਦ ਮੈਂ ਪਿਆ ਦੇਂਦਾ ਹਾਂ ਤੇ ਕੋ ਸ਼ਬੀਰ ਵਦਾ ਖੇਡ ਤੂੰ ਕਿਆ ਯਾਦ ਕਰੇ ਸੇ ਇੱਕ ਸੋਹਣੀ ਜੀ ਸਲਵਾਤ ਪੜ੍ਹੋ أعوذ بالله من الشيطان اللين الرجيم بسم الله الرحمن الرحيم بلن صلوات ਅਲਹਮਦੁਲਿਲਾਹ ਰੱਬਿਲ ਆਲਮੀਨ ਵਸਲਾਮ ਅਸ਼ਰਫਿਲ ਅੰਬ
انبیاء والمرسلین بلند صلوات والا میں لکھواری پڑھتا رہ منجا ایک برچی نال حسین کتے پانچ قتل رسول دی دھی دے او ڈوما وا جھڑیا وچ خیمیاں دے وا مکی پیو مزلو میں نو کر میں لکھواری پڑھتا مولا تعالی گریا قبول فرماوے ڈو ماوا چھڑیاں وچ خیمے دیو مکی پیو مزلو مندی دے روے دی کیڑی گال ہک پیرے کاج کاج ہے او وطن تے رہ گئی ہاسی دل وچ دا شدید ماس لہدا مار کے سیدا دا وا کی دشا میاں بار وچ میں نوکر لکھواری پڑھتا رہے ہک پرچھی نال حسین کیتے قتل رسول دیدی دے ڈو ماوا جھڑیا وچ خیمیاں دے وا مکی پیو مدلو مدیدی دے ہک پیرے کاج کاج ہے وہ رو دی ٹر گئی ہاسی دل وچ در شدید ماس لہدا مار مولا تعالی پرسا قبول فرما یہ کچھ میں پڑھنا ہے کہ بلا نہ کرا لکھوری پڑھتا رہے منا ہک پرچی نال حسین کیتے پانچ قتل رسول دیدی دے دو ماوا جھڑیا وچ خیمیاں دے وا مکی پیو مزلو مدیدی دے ہک پیرے کاج کاج مولا تعالی پرسا قبول فرماوے ایو کچھ میں پڑھنا ہے حسین دے سونے بچڑے دا ایک نواں میں وین لکھا ہے میرا دل پیا جاندا ہے کوئی تشریح نہ کراں بس اون وین دا ہی کیا ڈیڑھ شیر قبلا میں پیش چا کراں کیڈا سونا پوترا سی اللہ جانے کیڑے خیال دے وچ بیٹھے ہو علماء اج تک دو گالی دا فیصلہ نہیں کر سکے کیڑیاں گالی دا پہلی این گال دا فیصلہ نہیں کر سکے جو اکبر ڈھیر سونا ہے یا غازی ڈھیر سونا وستے ویلے جد مدینے دے بازاراں دے وچ چاچا تے بھتریجا ہک بے دے نال ٹرے نا نا دکاندار دکانا بند کرن پے ونجنا ایک بے دا مونڈا ہلا کے آکھے نا کاروبار روز تھی سن ایو جے چن روز نہیں نظر تھے میں نوکر لکھ واری آکھاں کاروبار روز تھی سن ایو جے چن روز نہیں نظر دے دوجی کیڑی گل دا فیصلہ نہیں کر سکے دوجی کیڑی گل دا جو اکبر دے نال زیادہ پیار پالن والی ماں کو ہے یا غریب بابے کو ہے ایک برکیاں دے وچ پلے دی رہ گئی قبلہ شاہ صاحب
ਦੂਜੇ ਕੋਲ ਵੇਲੇ ਤੱਕ ਨਿੰਦਰ ਨਹੀਂ ਆਉਂਦੀ, ਜਿੱਦਾਂ ਰਾਤੀ ਕਈ ਦਫ਼ਾ ਉੱਠ ਕੇ ਅਕਬਰ ਦਾ ਚਿਹਰਾ ਨੱਚ ਰਿਹਾ ਲਾਸ਼ 'ਤੇ ਆਇਆ ਖੜੇ ਅਕਬਰ ਦੀ ਲਾਸ਼ 'ਤੇ, ਤੁਹਾਡੇ ਕੋਲ ਦੁਆ ਖਿੜਣੀ ਬਿਲਕੁਲ ਨਵਾਂ ਜਿਹਾ ਵਹਿਣ ਹੈ। ਅਕਬਰ ਦੇ ਨਾਲ ਗੱਲ ਨਹੀਂ ਸੀ ਕੀਤੀ, ਗੱਲ ਕੀਤੀ ਸੀ ਖਾਲਕ ਅਕਬਰ ਦੇ ਨਾਲ ਕਿ ਬਲਾ ਸ਼ਾਹ ਸਾਹਿਬ ਦੁਆ ਫਰਮੇ ਸੋ ਗੱਲ ਕੀਤੀ ਸੀ ਖਾਲਕ ਅਕਬਰ ਦੇ ਨਾਲ। ਇੱਕ ਦਫ਼ਾ ਅਕਬਰ ਕੋ ਡਿੱਠਸ ਵਤ ਅਸਮਾਨ ਤੋਂ ਡਿੱਠਸ, ਵਤ ਅਕਬਰ ਤੋਂ ਡਿੱਠਸ ਵਤ ਅਸਮਾਨ ਤੋਂ ਡਿੱਠਸ, ਰੋ ਰੋ ਕਿਆ ਦਾ ਖੜਾ ਖੜਾ ਪੁੱਛਦਾ ਬਾਬਾ ਅਕਬਰ ਦਾ, ਓ ਮੈਂ ਕੋ ਖਾਲਕ ਆਪ ਰਸਾਏ ਮੈਂ ਪੁੱਤਰ ਕੋ ਰੋਵਾ ਨਾ ਰੋਵਾ, ਓ ਮੈਂ ਤੋ ਖੜਾ ਪੁੱਛਦਾ ਬਾਬਾ ਅਕਬਰ ਦਾ, ਓ ਮੈਂ ਕੋ ਖਾਲਕ ਆਪ ਰਸਾਏ ਮੈਂ ਪੁੱਤਰ ਕੋ ਰੋਵਾ ਨਾ ਰੋਵਾ। ਹੁਣ ਕਹਿੰਦਾ ਪੱਥਰ ਦਾ ਜੀ ਘਰੇ ਕਣ ਕਰ ਬਾਵੇ, ਰੋ ਰੋ ਕੇ ਅਕਬਰ ਦਾ ਬਾਬਾ ਖਾਲਕ ਅਕਬਰ ਦੇ ਪਾਸੇ ਮੁਖਾਤਿਬ ਠੀਕ ਕਿਆ ਦਾ ਖੜੇ, ਮੇਰੇ ਡੇ ਦੀਆਂ ਮੇਰੇ ਅਕਬਰ ਦੇ, ਓ ਮੇਰਾ ਮਾਲਕ ਖੁੱਟ ਗਏ ਸਾਏ ਓ ਮੈਂ ਪੁੱਤਰ ਕੋ ਰੋਵਾ, ਮੈਂ ਨੌਕਰਾਂ ਲੱਖ ਵਾਰੀ ਪੜਦਾ ਰਹਿ ਵਜਾ ਮੇਰੇ ਜੀ ਮੇਰੇ ਦੇ ਦੀਆਂ ਮੇਰੇ ਅਕਬਰ ਦੇ, ਓ ਮੇਰਾ ਖਾਲਕ ਖੁੱਟ ਗਏ ਸਾਏ ਮੈਂ ਪੁੱਤਰ ਕੋ ਰੋਵਾ ਨਾ ਰੋਵਾ। ਇਹੋ ਜਿਹੀਆਂ ਦੁੱਖਾਂ ਵੈਣ ਕੀਤਾ ਅਕਬਰ ਦੇ ਬਾਬੇ, ਕਰਬਲਾ ਦੀ ਜ਼ਮੀਨ ਕੰਬ ਗਈ ਏ, ਰੋ ਰੋ ਕਿਆ ਦੇ ਮੇਰਾ ਅੱਲਾ ਮੈਂ ਕੋ ਅੱਲਾ ਦਿਨਾ ਤੇ ਗਾਲ ਦਾ ਜਵਾਬ ਨੇ ਅਸਮਾਨ ਦੇ ਪਾਸੇ ਦੇਖ ਕੇ, ਰੋ ਰੋ ਕੇ ਅਕਬਰ ਦਾ ਬਾਬਾ ਪਿਆ ਦੇ ਮੇਰੇ ਬਾਬੇ ਨਜਾਫ ਕੋ ਛੋੜ ਦਿੱਤਾ ਮਾਂ ਬਕੀਆ ਛੋੜ ਕੇ ਆਈ ਖੜੀ ਏ, ਮੇਰੇ ਬਾਬੇ ਨਜਾਫ ਕੋ ਛੋੜ ਦਿੱਤਾ ਮਾਂ ਬਕੀਆ ਛੋੜ ਕੇ ਆਈ ਖੜੀ ਏ, ਖੜੇ ਰੋਂਦੇ ਨ ਮੇਰੇ ਬਚੜੇ ਕੋਣ ਦੁਏ ਸਰ ਵਿੱਚ ਮਿੱਟੀਆ ਪਾਏ ਮੈਂ ਪੁੱਤਰ ਕੋ ਰੋਵਾ ਨਾ ਰੋਵਾ। ਵੋ ਖੜੇ ਰੋਂਦੇ ਨ ਮੌਲਤ ਨੇ ਗਿਰੀਆ ਕਬੂਲ ਫਰਮਾਵੇ। ਛੇਕੜੀ ਵੈਣ ਪਿਆ ਪੜਦਾ ਇਹੋ ਜਿਹੀਆਂ ਦੁੱਖਾਂ ਵੈਣ ਕੀਤੇ ਅਕਬਰ ਦੇ ਬਾਬੇ, ਅਕਬਰ ਦੀ ਲਾਸ਼ ਹਲ ਗਈ ਏ ਅਸਮਾਨ ਦੇ ਪਾਸੇ ਡਿੱਠੇ, ਰੋ ਰੋ ਕਿਆ ਦਾ ਪੈ ਮਾਸੂਮਾ ਲਾਸ਼ ਤੇ ਆਈ ਖੜੀ ਏ, ਪੱਲੂ ਬਣਾਉਣ ਦੀ ਤਾਂਘ ਲਈ ਖੜੀ ਏ ਮਾਸੂਮ